ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਨਾਲ ਸਾਡੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ 'ਤੇ। ਤਾਂ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਕੂਲੀ ਬੱਚਿਆਂ ਲਈ ਅਪਡੇਟ ਆਈ ਹੈ ਰਿਪੋਰਟ ਕਾਰਡ ਲਾਗੂ ਕਰਨ ਨੂੰ ਲੈ ਕੇ, ਤਾਂ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤਾਂ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਰਵਪੱਖੀ ਤਰੱਕੀ ਕਾਰਡ ਹੈ ਜਿਹੜੇ ਬਣਾਏ ਜਾਣਗੇ। ਇਹ ਸਟੈਪ ਹੈ, ਜਿਹੜਾ ਕਦਮ ਹੈ, ਜਿਹੜਾ ਨੈਸ਼ਨਲ ਕਾਊਂਸਲਿੰਗ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ NCERT ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਮੁਲਾਂਕਣ ਕਰਨ ਲਈ ਚੁੱਕਿਆ ਗਿਆ। ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ CBSE ਸਕੂਲਾਂ ਦੀ ਤਰ੍ਹਾਂ MP ਬੋਰਡ ਸਕੂਲਾਂ ਦੇ ਵਿਦਿਆਰਥੀਆਂ ਦੇ ਸੰਪੂਰਨ ਤਰੱਕੀ ਕਾਰਡ ਵੀ ਹੈ ਜਿਹੜੇ ਹੁਣ ਤਿਆਰ ਕੀਤੇ ਜਾਣਗੇ। ਤਾਂ ਇਸ ਦੇ ਵਿੱਚ ਵਿਦਿਆਰਥੀਆਂ ਦਾ ਮੁਲਾਂਕਣ ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਵੱਲੋਂ ਵੀ ਜਿਹੜਾ ਕੀਤਾ ਜਾਊਗਾ, ਅਤੇ ਵਿਦਿਆਰਥੀ ਨੂੰ ਵੀ ਸਵੈ ਮੁਲਾਂਕਣ ਕਰਨਾ ਹੋਵੇਗਾ। ਸੋ ਮਾਪਿਆਂ ਤੋਂ ਫੀਡਬੈਕ ਦੇ ਨਾਲ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਗ੍ਰੇਡਿੰਗ ਹੈ ਜਿਹੜੀ ਕੀਤੀ ਜਾਊ। NCERT ਦੇ ਅਧੀਨ ਕੰਮ ਕਰ ਰਹੇ ਰਾਸ਼ਟਰੀ ਮੁਲਾਂਕਣ ਕੇਂਦਰ ਨੇ ਵੱਖ ਵੱਖ ਕਲਾਸਾਂ ਲਈ ਤਰੱਕੀ ਕਾਰਡ ਹੈ ਜਿਹੜੇ ਤਿਆਰ ਕੀਤੇ ਹੈ। ਇਹਨਾਂ ਪ੍ਰਗਤੀ ਕਾਰਡਾਂ ਦਾ ਉਦੇਸ਼ ਵੱਖ ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੀ ਤਰੱਕੀ ਦਾ ਮੁਲਾਂਕਣ ਜਿਹੜਾ ਕਰਨਾ ਹੈ। ਪ੍ਰਗਤੀ ਕਾਰਡ ਬੱਚਿਆਂ ਦਾ ਵਿਆਪਕ ਮੁਲਾਂਕਣ ਜਿਹੜਾ ਕਰੇਗਾ। ਇਸ ਦੇ ਵਿੱਚ ਸਰੀਰਕ, ਸਮਾਜਿਕ, ਭਾਵਾਤਮਕ, ਸਾਖਰਤਾ, ਅਧਿਐਨ ਅਤੇ ਹੋਰ ਖੇਤਰਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦਾ ਦਰਜਾ ਜਿਹੜਾ ਦਿੱਤਾ ਜਾਊਗਾ। ਇਸ ਵਿੱਚ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਅਤੇ ਪ੍ਰੋਜੈਕਟਾਂ ਲਈ ਅੰਕਾਂ ਦੇ ਨਾਲ ਨਾਲ ਅਨੁਸ਼ਾਸਨ, ਹਾਜ਼ਰੀ, ਨੋਟਬੁੱਕ ਦੀ ਤਿਆਰੀ ਅਤੇ ਹੋਰ ਗਤੀਵਿਧੀਆਂ ਲਈ ਅੰਕ ਜਿਹੜੇ ਦਿੱਤੇ ਜਾਣਗੇ। ਇਸ ਦੇ ਆਧਾਰ 'ਤੇ ਤਰੱਕੀ ਕਾਰਡ ਹੈ ਜਿਹੜਾ ਤਿਆਰ ਕੀਤਾ ਜਾਵੇਗਾ। ਇਸੇ ਦੌਰਾਨ ਪ੍ਰਗਤੀ ਕਾਰਡ ਘਰ ਅਤੇ ਸਕੂਲ ਵਿਚਕਾਰ ਇੱਕ ਅਹਿਮ ਕੜੀ ਜਿਹੜਾ ਬਣੇਗਾ। ਇਸ ਦੇ ਨਾਲ ਮਾਪੇ ਅਧਿਆਪਕ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਸਕਦਾ ਅਤੇ ਮਾਪੇ ਬੱਚਿਆਂ ਦੀ ਸਮੁੱਚੀ ਸਿੱਖਿਆ ਅਤੇ ਵਿਕਾਸ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਸਕਦੇ ਹੈ। ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਊਗੀ। ਇਸ ਦੇ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਦੇ 100 ਅਧਿਆਪਕਾਂ ਨੂੰ ਮਾਸਟਰ ਟ੍ਰੇਨਰ ਵਜੋਂ ਸਿਖਲਾਈ ਹੈ ਜਿਹੜੀ ਦਿੱਤੀ ਗਈ ਹੈ। ਤਾਂ ਸਕੂਲੀ ਬੱਚਿਆਂ ਨੂੰ ਲੈ ਕੇ ਜਿਹੜੀ ਇਹ ਅਪਡੇਟ ਆਈ ਹੈ। ਸੋ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਚੈਨਲ ਨਾਲ ਜੁੜੇ ਰਹੋ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ। ਧੰਨਵਾਦ ਜੀ।